ਨਿੰਗ ਸਲਾਈਡ ਪਿਆਰੇ ਬੱਚਿਓ ਅੱਜ ਮਿਤੀ 22 ਫਰਵਰੀ 2023 ਦਿਨ ਬੁੱਧਵਾਰ ਜਿਸ ਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਵੈਨਸਡੇ ਕਹਿੰਦੇ ਹਾਂ W E D N E S D A Y ਵੈਨਸਡੇ ਆਓ ਕਰਦੇ ਹਾਂ ਅੱਜ ਦਾ ਵਿਚਾਰ ਸੱਚੀ ਕੋਸ਼ਿਸ਼ ਕਦੇ ਵੀ ਬੇਕਾਰ ਨਹੀਂ ਜਾਂਦੀ ਪਿਆਰੇ ਬੱਚਿਓ ਜਦੋਂ ਵੀ ਅਸੀਂ ਕਿਸੇ ਕਾਰਜ ਨੂੰ ਪੂਰਾ ਕਰਨ ਦੇ ਲਈ ਸੱਚੀ ਕੋਸ਼ਿਸ਼ ਕਰਦੇ ਹਾਂ ਮਨੋਂ ਕੰਮ ਕਰਦੇ ਹਾਂ ਤਾਂ ਉਹ ਸਾਡਾ ਕੰਮ ਜਾਂ ਕਾਰਜ ਆਸਾਨੀ ਨਾਲ ਪੂਰਨ ਹੋ ਜਾਂਦਾ ਹੈ ਕੰਪਲੀਟ ਹੋ ਜਾਂਦਾ ਹੈ ਸੋ ਬੱਚਿਓ ਜ਼ਿੰਦਗੀ ਵਿੱਚ ਹਮੇਸ਼ਾ ਯਾਦ ਰੱਖਣਾ ਜਦੋਂ ਵੀ ਕੋਈ ਕੰਮ ਕਰਨਾ ਹੈ ਬਿਲਕੁਲ ਲਗਨ ਦੇ ਨਾਲ ਬਿਲਕੁਲ ਧਿਆਨ ਦੇ ਨਾਲ ਬਿਲਕੁਲ ਇਮਾਨਦਾਰੀ ਦੇ ਨਾਲ ਬਿਲਕੁਲ ਸੱਚੀ ਕੋਸ਼ਿਸ਼ ਦੇ ਨਾਲ ਕਰਨਾ ਹੈ ਜੇਕਰ ਅਸੀਂ ਸੱਚੀ ਕੋਸ਼ਿਸ਼ ਨਾਲ ਕੰਮ ਕਰਾਂਗੇ ਤਾਂ ਜ਼ਿੰਦਗੀ ਵਿੱਚ ਕੋਈ ਵੀ ਕੰਮ ਸਾਨੂੰ ਔਖਾ ਨਹੀਂ ਲੱਗੇਗਾ ਅਤੇ ਅਸੀਂ ਉਸ ਕੰਮ ਨੂੰ ਸਾਨੀ ਦੇ ਨਾਲ ਹੀ ਕਰ ਪਾਵਾਂਗੇ। ਆਓ ਕਰਦੇ ਹਾਂ ਗਿਆਨ ਵਿਗਿਆਨ। ਭਾਰਤ ਵਿੱਚ ਸਭ ਤੋਂ ਘੱਟ ਆਬਾਦੀ ਕਿਸ ਰਾਜ ਵਿੱਚ ਹੈ? ਬੱਚਿਓ ਭਾਰਤ ਵਿੱਚ ਸਭ ਤੋਂ ਘੱਟ ਆਬਾਦੀ ਸਿੱਕਮ ਰਾਜ ਵਿੱਚ ਹੈ। ਪੰਜਾਬ ਦੇ ਕੋਈ 10 ਜ਼ਿਲ੍ਹਿਆਂ ਦੇ ਨਾਂ ਦੱਸੋ। ਬੱਚਿਓ ਪੰਜਾਬ ਦੇ 10 ਜ਼ਿਲ੍ਹਿਆਂ ਦੇ ਨਾਮ ਵਿੱਚ ਜਲੰਧਰ, ਪਟਿਆਲਾ, ਲੁਧਿਆਣਾ, ਬਠਿੰਡਾ, ਹੁਸ਼ਿਆਰਪੁਰ, ਰੂਪਨਗਰ, ਕਪੂਰਥਲਾ ਅੰਮ੍ਰਿਤਸਰ ਗੁਰਦਾਸਪੁਰ ਫਰੀਦਕੋਟ ਆਦ ਆ ਜਾਂਦੇ ਹਨ ਚੁੰਬਕ ਦੇ ਕਿਹੜੇ ਕਿਹੜੇ ਦੋ ਧਰੁਵ ਹੁੰਦੇ ਹਨ ਬੱਚਿਓ ਚੁੰਬਕ ਦੇ ਉਤਰੀ ਅਤੇ ਦੱਖਣੀ ਦੋ ਧਰੁਵ ਹੁੰਦੇ ਹਨ ਧਰਤੀ ਦੇ ਕੁਦਰਤੀ ਉਪਗ੍ਰਹਿ ਦਾ ਨਾਂ ਕੀ ਹੈ ਬੱਚਿਓ ਧਰਤੀ ਦੇ ਕੁਦਰਤੀ ਉਪਗ੍ਰਹਿ ਦਾ ਨਾਮ ਚੰ드ਰਮਾ ਹੈ ਸਾਡੇ ਰਾਸ਼ਟਰੀ ਝੰਡੇ ਵਿੱਚ ਕਿੰਨੇ ਰੰਗ ਹਨ ਬੱਚਿਓ ਸਾਡੇ ਰਾਸ਼ਟਰੀ ਝੰਡੇ ਵਿੱਚ ਤਿੰਨ ਰੰਗ ਹਨ ਆਉ ਬੁਜੀਏ ਜਾਂ ਅਜ ਦੀ 부ਜਾਰਤ ਪਲਾਸਟਿਕ ਦਾ ਇਹ ਬਣਿਆ ਸਾਰਾ ਪੈਨਸਲ ਦਾ ਇਹ ਖਾਵੇ ਚਾਰਾ ਨਿੱਕਾ ਜਿਹਾ ਇਹ ਲੱਕੜ ਹਾਰਾ ਪਿਆਰੇ ਬੱਚਿਓ ਜੋ ਅਜ ਦੀ 부ਜਾਰਤ ਹੈ ਉਸ ਦਾ ਉੱਤਰ ਹੈ ਸ਼ਾਰਪਨਰ ਆਬ ਕਰਦੇ ਹਾਂ ਵਰਡਸ ਫਾਰ ਪ੍ਰੈਕਟਿਸ ਫਰਸਟ ਵਰਡ ਇਜ਼ ਵੈਰੀ ਵੀ ای ਆਰ ਯ ਵੈਰੀ ਵੈਰੀ ਮੀਨ ਜਿਆਦਾ ਚ ਬਹੁਤ ਐਮ ਏ ਐਨ ਵਾਈ ਮੈਨੀ ਮੈਨੀ ਮੀਨਸ ਬਹੁਤ ਜ਼ਿਆਦਾ ਗਿਣਤੀ ਵਿੱਚ ਜ਼ਿਆਦਾ ਹੋਣਾ ਨੈਕਸਟ ਵਰਡ ਇਜ਼ ਮੋਰ ਐਮ ਓ ਆਰ ਈ ਮੋਰ ਮੋਰ ਮੀਨਸ ਜ਼ਿਆਦਾ ਨੈਕਸਟ ਵਰਡ ਇਜ਼ ਲੈਸ ਐਲ ਈ ਡਬਲ ਐਸ ਲੈਸ ਲੈਸ ਮੀਨ ਘੱਟ ਗਿਣਤੀ ਵਿੱਚ ਕਿਸੇ ਚੀਜ਼ ਦਾ ਜਦੋਂ ਘੱਟ ਹੋਣਾ ਉਸ ਨੂੰ ਅਸੀਂ ਲੈਸ ਕਹਿੰਦੇ ਹਾਂ ਨੈਕਸਟ ਵਰਡ ਇਜ਼ ਲਿਟਲ ਐਲ ਆਈ ਡਬਲ ਟੀ ਐਲ ਈ ਲਿਟਲ ਲਿਟਲ ਮੀਨਸ ਛੋਟਾ ਅੱਜੋ ਐਸੀ ਸਾਡੀ ਅੱਜ ਦੀ ਮਾਰਨਿੰਗ ਸਲਾਈਡ ਆਸ ਕਰਦਾ ਹਾਂ ਕਿ ਜੋ ਵੀ ਆਪਾਂ ਅੱਜ ਇਹਦੇ ਵਿੱਚ ਸੁਣਿਆ ਜਾਂ ਦੇਖਿਆ ਹੈ ਉਸ ਨੂੰ ਤੁਸੀਂ ਹਮੇਸ਼ਾ ਯਾਦ ਰੱਖੋਗੇ ਅਤੇ ਆਪਣੇ ਗਿਆਨ ਵਿੱਚ ਵਾਧਾ ਕਰਦੇ ਰਹੋਗੇ Thanks for watching.